ਡਾਕਟਰ ਸਾਹਿਬ ਸਰਦਾਰ ਚਰਨਜੀਤ ਚੰਨੀ ਨੇ ਜਿਹੜਾ ਸੰਸਦ ਵਿਚ ਅੰਮ੍ਰਿਤਪਾਲ ਦੇ ਬਾਰੇ ਬਿਆਨ ਦਿੱਤਾ ਉਹਦੇ ਬਾਰੇ ਵੀ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਇਹ ਕੀ ਗਲਤ ਕਿਹਾ? ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿਚ ਐਮਰਜੈਂਸੀ ਵਰਗੇ ਹਾਲਾਤ ਹੈ। ਉਹਨਾਂ ਨੇ ਕਿਹਾ ਕਿ ਅੱਜ ਦੇਸ਼ ਦੇ ਵਿਚ ਜਾਤ ਪਾਤ ਦੇ ਆਧਾਰ ਤੇ ਵੰਡਿਆ ਜਾ ਰਿਹਾ, ਵੰਡੀਆਂ ਪਾਈਆਂ ਜਾ ਰਹੀਆਂ। ਅੱਜ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਕਿ ਬਈ ਤੁਸੀਂ ਆਪਣੀ ਦੁਕਾਨਾਂ ਤੇ ਨਾਂ ਲਿਖੋ, ਹਿੰਦੂ ਮੁਸਲਮਾਨਾਂ ਚ ਪਾੜਾ ਪਾਇਆ ਜਾ ਰਿਹਾ ਤੇ ਉਹ ਐਮਰਜੈਂਸੀ ਵਰਗੇ ਹਾਲਾਤ ਨਹੀਂ ਹੈ। ਦੂਸਰੀ ਉਹਨਾਂ ਨੇ ਗੱਲ ਕਹੀ ਹੈ ਕਿ ਸਰਦਾਰ ਬੇਅੰਤ ਸਿੰਘ ਦੀ ਹੱਤਿਆ ਉਦੋਂ ਨਹੀਂ ਹੋਈ ਬਲਕਿ ਉਦੋਂ ਹੋਈ ਹੈ ਜਦੋਂ ਬਿੱਟੂ ਨੇ ਬੀਜੇਪੀ ਜੁਆਇਨ ਕੀਤੀ ਹੈ, ਉਸ ਵਕਤ ਹੱਤਿਆ ਹੋਈ। ਦੂਸਰੀ ਗੱਲ ਉਹਨਾਂ ਨੇ ਕਹੀ ਹੈ ਕਿ ਅੰਮ੍ਰਿਤਪਾਲ ਹੋਰਾਂ ਦੇ ਮਾਮਲੇ ਚ ਜਿਹੜੀ ਉਹਨਾਂ ਨੇ ਗੱਲ ਕਹੀ ਹੈ, ਉਹਨਾਂ ਨੇ ਕਿਹਾ ਬਈ ਜੇਕਰ ਇਹ ਗਲਤ ਸੀ, ਉਹਨਾਂ ਉਹ ਦੋਸ਼ੀ ਸੀ ਤੇ ਭਾਈ ਉਹਨੂੰ ਇਲੈਕਸ਼ਨ ਲੜਨ ਦੀ ਇਜਾਜ਼ਤ ਇਲੈਕਸ਼ਨ ਕਮਿਸ਼ਨ ਨੇ ਕਿਉਂ ਦਿੱਤੀ? ਜੇ ਇਲੈਕਸ਼ਨ ਕਮਿਸ਼ਨ ਨੇ ਇਜਾਜ਼ਤ ਦਿੱਤੀ ਹੈ ਤੇ ਫਿਰ ਵੀ ਉਹ ਗਲਤ ਸੀ, ਫਿਰ ਉਹਨੂੰ ਸਹੁੰ ਕਿਉਂ ਚੁਕਾਈ ਗਈ? ਵੀ ਤੁਸੀਂ ਪਹਿਲੇ ਪਾਰਲੀਮੈਂਟ ਤੁਸੀਂ ਸਹੁੰ ਚੁਕਾਈ ਹੈ, ਹੁਣ ਲੋਕਾਂ ਦੀ ਗੱਲ ਕਹਿਣ ਵਾਸਤੇ ਉਹਨੂੰ ਡੈਮੋਕਰੇਸੀ ਇਹ ਗੱਲ ਕਹਿੰਦੀ ਹੈ ਕਿ ਲੋਕਾਂ ਦੀ ਗੱਲ ਕਹਿਣ ਵਾਸਤੇ ਉਹ ਪਾਰਲੀਮੈਂਟ ਦੇ ਵਿਚ ਆਏ, ਕਾਨੂੰਨ ਆਪਣਾ ਕੰਮ ਕਰੇ, ਕੋਈ ਦੋਸ਼ੀ ਹੈ ਉਹਨੂੰ ਸਜ਼ਾ ਹੋਵੇ। ਲੇਕਿਨ ਡੈਮੋਕਰੇਸੀ ਦੇ ਵਿਚ, ਲੋਕਤੰਤਰ ਦੇ ਵਿਚ ਲੋਕਾਂ ਦੀ ਚੁਣੀ ਆਵਾਜ਼ ਨੂੰ ਨਹੀਂ ਦਬਾਇਆ ਜਾ ਸਕਦਾ। ਡਾਕਟਰ ਸਰਦਾਰ ਚਰਨਜੀਤ ਚੰਨੀ ਨੇ ਜਿਹੜਾ ਸੰਸਦ ਵਿਚ ਅੰਮ੍ਰਿਤਪਾਲ ਦੇ ਬਾਰੇ ਬਿਆਨ ਦਿੱਤਾ ਉਹਦੇ ਬਾਰੇ ਵੀ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਇਹ ਕੀ ਗਲਤ ਕਿਹਾ? ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿਚ ਐਮਰਜੈਂਸੀ ਵਰਗੇ ਹਾਲਾਤ ਹੈ। ਉਹਨਾਂ ਨੇ ਕਿਹਾ ਕਿ ਅੱਜ ਦੇਸ਼ ਦੇ ਵਿਚ ਜਾਤ ਪਾਤ ਦੇ ਆਧਾਰ ਤੇ ਵੰਡਿਆ ਜਾ ਰਿਹਾ, ਵੰਡੀਆਂ ਪਾਈਆਂ ਜਾ ਰਹੀਆਂ। ਅੱਜ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਕਿ ਬਈ ਤੁਸੀਂ ਆਪਣੀ ਦੁਕਾਨਾਂ ਤੇ ਨਾਂ ਲਿਖੋ, ਹਿੰਦੂ ਮੁਸਲਮਾਨਾਂ ਚ ਪਾੜਾ ਪਾਇਆ ਜਾ ਰਿਹਾ ਤੇ ਉਹ ਐਮਰਜੈਂਸੀ ਵਰਗੇ ਹਾਲਾਤ ਨਹੀਂ ਹੈ। ਦੂਸਰੀ ਉਹਨਾਂ ਨੇ ਗੱਲ ਕਹੀ ਹੈ ਕਿ ਸਰਦਾਰ ਬੇਅੰਤ ਸਿੰਘ ਦੀ ਹੱਤਿਆ ਉਦੋਂ ਨਹੀਂ ਹੋਈ ਬਲਕਿ ਉਦੋਂ ਹੋਈ ਹੈ ਜਦੋਂ ਬਿੱਟੂ ਨੇ ਬੀਜੇਪੀ ਜੁਆਇਨ ਕੀਤੀ ਹੈ, ਉਸ ਵਕਤ ਹੱਤਿਆ ਹੋਈ। ਦੂਸਰੀ ਗੱਲ ਉਹਨਾਂ ਨੇ ਕਹੀ ਹੈ ਕਿ ਅੰਮ੍ਰਿਤਪਾਲ ਹੋਰਾਂ ਦੇ ਮਾਮਲੇ ਚ ਜਿਹੜੀ ਉਹਨਾਂ ਨੇ ਗੱਲ ਕਹੀ ਹੈ, ਉਹਨਾਂ ਨੇ ਕਿਹਾ ਬਈ ਜੇਕਰ ਇਹ ਗਲਤ ਸੀ, ਉਹਨਾਂ ਉਹ ਦੋਸ਼ੀ ਸੀ ਤੇ ਭਾਈ ਉਹਨੂੰ ਇਲੈਕਸ਼ਨ ਲੜਨ ਦੀ ਇਜਾਜ਼ਤ ਇਲੈਕਸ਼ਨ ਕਮਿਸ਼ਨ ਨੇ ਕਿਉਂ ਦਿੱਤੀ? ਜੇ ਇਲੈਕਸ਼ਨ ਕਮਿਸ਼ਨ ਨੇ ਇਜਾਜ਼ਤ ਦਿੱਤੀ ਹੈ ਤੇ ਫਿਰ ਵੀ ਉਹ ਗਲਤ ਸੀ, ਫਿਰ ਉਹਨੂੰ ਸਹੁੰ ਕਿਉਂ ਚੁਕਾਈ ਗਈ? ਵੀ ਤੁਸੀਂ ਪਹਿਲੇ ਪਾਰਲੀਮੈਂਟ ਤੁਸੀਂ ਸਹੁੰ ਚੁਕਾਈ ਹੈ, ਹੁਣ ਲੋਕਾਂ ਦੀ ਗੱਲ ਕਹਿਣ ਵਾਸਤੇ ਉਹਨੂੰ ਡੈਮੋਕਰੇਸੀ ਇਹ ਗੱਲ ਕਹਿੰਦੀ ਹੈ ਕਿ ਲੋਕਾਂ ਦੀ ਗੱਲ ਕਹਿਣ ਵਾਸਤੇ ਉਹ ਪਾਰਲੀਮੈਂਟ ਦੇ ਵਿਚ ਆਏ, ਕਾਨੂੰਨ ਆਪਣਾ ਕੰਮ ਕਰੇ, ਕੋਈ ਦੋਸ਼ੀ ਹੈ ਉਹਨੂੰ ਸਜ਼ਾ ਹੋਵੇ। ਲੇਕਿਨ ਡੈਮੋਕਰੇਸੀ ਦੇ ਵਿਚ, ਲੋਕਤੰਤਰ ਦੇ ਵਿਚ ਲੋਕਾਂ ਦੀ ਚੁਣੀ ਆਵਾਜ਼ ਨੂੰ ਨਹੀਂ ਦਬਾਇਆ ਜਾ ਸਕਦਾ।